ਇੱਥੇ ਇੱਕ ਨੁਕਤਾ ਬਿਆਨ ਕਰਾਂ, ਔਲਾਦ ਜਵਾਨ ਹੋਵੇ ਨਾ ਤੇ ਰਿਸ਼ਤਾ ਕਰਨ ਲੱਗਿਆ ਬੇਟੀ ਬੇਟੇ ਨੂੰ ਵੀ ਪੁੱਛ ਲੈਣਾ ਚਾਹੀਦਾ। ਮੁੜ ਕੇ ਉਹ ਨਾ ਹੋਵੇ ਮੁੰਡਾ ਚੂਹੇ ਮਾਰ ਗੋਲੀਆਂ ਖਾ ਲੈ। ਨਹੀਂ ਸਹੀ ਗੱਲ, ਸ਼ਰੀਅਤ ਨੇ ਕਿਹਾ ਕਿ ਔਲਾਦ ਨੂੰ ਪੁੱਛ ਲਓ। ਹੁਣ ਬੜੇ ਬਿਲਕੁਲ ਬੋਲੇ ਨੇ, ਵੇਖੋ ਨਾ ਮੁੰਡੇ ਕਿਵੇਂ ਬਿਲਕੁਲ ਬਿਲਕੁਲ ਹੈ। ਆਪਣੀ ਆ ਗਈ ਨਾ ਗੱਲ ਵਿੱਚ, ਇਹ ਮੋਬਾਈਲ ਨੇ ਬੇੜੇ ਗਰਕ ਕੀਤੇ ਨੇ ਸਾਰੇ, ਨਹੀਂ ਤੇ ਪਹਿਲੇ ਸੁਣਿਆ ਸੀ ਇਹ ਤਾਏ ਅਬਦੁਰਮਾਨ ਦੀ। ਅਬਦੁਰਮਾਨ ਇਹਨਾਂ ਦੀ ਉਮਰ ਦੇ ਬੰਦੇ ਦੱਸਦੇ ਨੇ, ਮੀਰ ਆਲਮ ਮਰਾਸੀ ਹੁੰਦਾ ਸੀ ਦਾਦਾ, ਉਹਨੇ ਹੀ ਪੱਗ ਦੇਣ ਜਾਣੀ ਨਾ ਹੀ ਪੱਗ ਲੈਣ ਜਾਣੀ, ਉਹਨੇ ਪੱਗ ਲੈਣੀ ਉਹਨੇ ਪੱਗ ਦੇ ਆਉਣੀ, ਨਾ ਕੁੜੀ ਵੇਖਣੀ ਨਾ ਮੁੰਡਾ ਵੇਖਣਾ, ਨਾ ਕੁੜੀ ਵਾਲਿਆਂ ਮੁੰਡਾ ਵੇਖਣਾ ਨਾ ਮੁੰਡੇ ਵਾਲਿਆਂ ਕੁੜੀ ਵੇਖਣੀ। ਹੁਣ ਤੇ ਰਕਸ਼ੇ ਭਰ ਭਰ ਜਾਂਦੀਆਂ ਨੇ ਨਾ, 6 ਵਾਰਾਂ ਜਾੜਾ ਕਰਨ 7ਵੀਂ ਵਾਰ ਹਾਂ ਕਰਦੀਆਂ। ਉਹ ਬੋਲੋ ਤੇ ਸਹੀ ਗੱਲ ਅੱਲਾ, ਤੇ ਜੇ ਕਸਮੇ ਤੁਸੀਂ, ਤੂੰ ਹੁਣ ਫਿਰ ਮਤਲਬ ਦੀ ਗੱਲ ਵਿੱਚ ਪਾਤੀ ਗੁਫ਼ਤਗੂ, ਹੁਣ ਸੁਣ ਚੁੱਪ ਕਰ। ਅੱਲਾ ਜਾਣਦਾ ਜਿੰਨੇ ਬੈਠੇ ਨਾ, ਸ਼ਰੀਅਤ ਨੂੰ ਅਸੀਂ ਮੰਨੀਏ ਤੇ ਕਦੀ ਘਾਟਾ ਨਾ ਪਾ। ਨਬੀ ਪਾਕ ਨੇ ਆਪਣੀ ਬੇਟੀ ਫਾਤਮਾ ਨੂੰ ਪੁੱਛਿਆ ਕਿ ਮੈਂ ਅਲੀ ਨੇ ਤੇਰੀ ਮੰਗਣੀ ਕਰ ਦਿੱਤੀ ਹੈ, ਤੇ ਬੇਟੀ ਸਕੂਤ 'ਚ ਰਹੀ, ਖਮੋਸ਼ ਰਹੀ, ਤੇ ਖਮੋਸ਼ੀ ਰਜ਼ਾਮੰਦੀ ਦੀ ਲਾਮਤ। ਤੇ ਅੱਜ ਕੱਲ੍ਹ ਦੀ ਨਹੀਂ ਸੀ ਨਾ, ਇਫ ਯੂ ਡੋਂਟ ਮਾਇੰਡ, ਪਾਪਾ ਗੁੱਸਾ ਮਤ ਕਰਨਾ, ਆਪਕੋ ਨਹੀਂ ਪਤਾ ਮੈਨੇ ਆਪਣਾ ਜੀਵਨ ਸਾਥੀ ਤਲਾਸ਼ ਕਰ ਲਈ ਹੈ ਫੇਸਬੁੱਕ ਤੇ, ਮੈਂ ਈਮੋ ਤੇ, ਵਟਸਐਪ ਤੇ। ਤੇ ਪਿਓ ਵੀ ਆਉਂਦਾ, ਚੰਗਾ ਹੁਣ ਮੈਂ ਫਿਰ ਜੀਣ ਜੋਗਾ ਤਾਂ ਨਹੀਂ ਰਿਹਾ। ਅੱਜ ਤੁਹਾਡੇ 'ਚ ਵੀ ਕਮੀ ਹੈ, ਔਲਾਦ ਨਾਲ ਮਸ਼ਵਰਾ ਕਰਿਆ ਕਰੋ, ਜ਼ਿੰਦਗੀ ਤੁਸਾਂ ਗੁਜ਼ਾਰਨੀ ਹੈ। ਦੱਸੋ ਜਿੱਥੇ ਅਸੀਂ ਰਿਸ਼ਤਾ ਮੰਗਣ ਚਲੇ ਜਾਂਦੇ, ਨਵੀਂ ਪਾ ਨੇ ਵੀ ਇਹ ਤਰੀਕਾ ਦੱਸਿਆ ਜਿਹਦੇ ਨਾਲ ਤੁਹਾਨੂੰ ਜਨਾਬ ਜੀ ਦਿਲ ਕਰਦਾ ਹੋਵੇ ਸ਼ਾਦੀ ਦਾ ਡਾਇਰੈਕਟ ਪੈਗਾਮ ਭੇਜ ਦਿਓ। ਨਵੀਂ ਪਾਗ ਯਾਰਾਂ 'ਚ ਬੈਠੇ ਇੱਕ ਬੀਬੀ ਡਾਇਰੈਕਟ ਆਣ ਕੇ ਕਿਹਾ, ਸੋਹਣਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦਾ, ਡਾਇਰੈਕਟ ਆਣ ਕੇ ਕਿਹਾ। ਤੇ ਨਵੀਂ ਪਾ ਨੇ, ਮੈਂ ਬੀਬੀ ਮੈਨੂੰ ਤੇ ਕੋਈ ਹਾਜ਼ਤ ਨਹੀਂ, ਤੇ ਇੱਕ ਮਾੜਾ ਜਿਹਾ ਸਿਹਾਬੀ ਲਾ ਕੇ ਬੈਠਾ, ਕਹਿੰਦਾ ਸੋਹਣਿਆ ਮੇਰੇ ਨਾਲ ਕਰ ਦਿਓ। ਅੱਲਾ ਜਾਣਦਾ ਸ਼ਰੀਅਤ ਦੇ ਵਿੱਚ ਸ਼ਰ੍ਹਾਂ ਅੱਗੇ ਕੋਈ ਸ਼ਰਮ ਨਹੀਂ। ਅਸੀਂ ਤੇ ਅੱਲਾ ਜਾਂਦਾ, ਹੁਣ ਤੇ ਅੱਲਾ ਜਾਂਦਾ, ਹਕੂਮਤ ਨੇ ਟੈਕਸ ਇੱਕ ਲਾ ਦਿੱਤਾ ਹੈ ਕਿ ਵਹੁਟੀ ਵਾਲਾ ਵੀ 20,000 ਦੇਵੇਗਾ ਤੇ ਮੁੰਡੇ ਵਾਲਾ ਵੀ 20,000 ਦੇਵੇਗਾ, ਤੇ ਮੈਂ ਮੌਲਵੀ 50,000 ਲਵੇਗਾ। ਜੇ ਹਕੂਮਤ 40,000 ਲੈ ਸਕਦੀ ਤੇ ਸਾਨੂੰ ਕੀ ਵੀ, ਜਿਹਨੇ ਨਿਕਾਹ ਪੜਾਉਣਾ ਉਹਦਾ ਤਾਂ ਪੰਜਾਬ ਬਣ ਗਿਆ ਨਾ, ਉਹਦੇ ਵਾਰੀ ਧਿਆ ਵੀ ਆਈ ਆ ਨਿਕਾਹ ਪੜਾਉਣ ਜਾਏ ਤੇ ਸ਼ਾਰੇ ਨੇ ਦੱਸ ਦੇ, ਸ਼ਾਰੇ ਨੇ ਦੱਸ ਦੇ ਸਹੀ ਗਾ, ਉੱਥੇ 1,500 ਤੇ ਹਕੂਮਤ ਨੇ ਹੁਣ ਧੜ ਤੇ ਲਾ ਦਿੱਤਾ ਟੈਕਸ ਲੱਗੇਗਾ, ਤੁਹਾਨੂੰ ਪਤਾ ਫਿਰ ਤਬਦੀਲੀ ਦਾ ਪਤਾ ਲੱਗੇਗਾ। ਹਾਂ 40,000 ਟੈਕਸ ਹੈ, 20,000 ਕੁੜੀ ਵਾਲਿਆਂ ਤੇ 20,000 ਮੁੰਡੇ ਵਾਲਿਆਂ ਤੇ, ਤੁਸੀਂ ਮੁੰਡੇ ਹੋ ਕਮਾ ਲਓ। ਹਾਂ ਤੇ 50,000 ਸਾਡਾ ਵੀ ਕਮਾ ਲਓ। ਹਾਂ 90,000 ਤੇ ਪਹਿਲਾਂ ਇਹ ਇਕੱਠਾ ਕਰੋ ਨਾ, ਕਿਉਂ ਜੀ ਕਾਰੀ ਸਾਹਿਬ, ਤੇ ਫਿਰ ਗਾਂ ਦੀ ਸੋਚਾਂ ਗਿਆ। ਸਹੀ ਗੱਲ ਉਸ, ਜਾਂ ਕਹਿੰਦਾ ਕਿ ਹਰ ਕੰਮ ਮੈਨੂੰ ਬਣਿਆ ਬਣਾਇਆ ਮਿਲੇ। ਹੁਣ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ, ਰੋਟੀ ਪਕਾਉਣ ਵਾਲੀਆਂ ਆ ਗਈਆਂ, ਤੇ ਬੁੜੀਆਂ ਦੇ ਵਜਨ 3 ਮਨ ਨਾ ਹੋਣ ਤੇ ਹੋਰ ਕੀ ਹੋਵੇ। ਨਹੀਂ ਸੱਚੀ ਗੱਲ, ਪਹਿਲੇ ਬੀਬੀਆਂ ਕੰਮ ਕਰਦੀਆਂ ਸਨ ਤੇ ਸਾਡੀਆਂ ਬੀਬੀਆਂ ਨੇ, ਤੇ ਹੁਣ ਕੰਮ ਕਰਨਾ ਬੜੇ ਮੌਤ, ਮੇਰਾ ਇੱਕ ਯਾਰ ਡਿਫੈਂਸ ਤੇ ਉਹਦੀ ਬੇਗਮ ਆਂਦੀ ਜਾਨੂ ਮੁਝਸੇ ਕਾਮ ਨਹੀਂ ਹੋਤਾ, ਯੇ ਪੈਂਪਰ ਨਹੀਂ ਲੱਗਤਾ, ਸਮੈਲ ਆਤੀ ਮੁਝੇ, ਤੇ ਤੂੰ ਜੰਮਿਆ ਕਾਹਦੇ ਲਈ ਸੀ, ਜੇ ਤੂੰ ਇਹਦੇ ਜਨਾਬ ਪੈਂਪਰ ਨਹੀਂ ਲਾਉਣੇ। ਗੱਲਾਂ ਸਿੱਧੀਆਂ, ਨਬੀਆਂ ਦਾ ਸਰਦਾਰ ਇਮਾਮੁਲ ਅੰਬੀਆ ਹੈ, ਤੇ ਅੱਲਾ ਨੇ ਧੀ ਦਿੱਤੀ ਤੇ ਨਬੀ ਨੇ ਜਿਗਰ ਦਾ ਟੁਕੜਾ ਕਹਿ ਦਿੱਤਾ ਹੈ, ਤੇ ਕੰਮ ਆਪਣੇ ਹੱਥ ਨਾਲ ਕਰਦੀ ਹੈ, ਚੱਕੀ ਵੀ ਪੀਂਦੀ ਹੈ ਤੇ ਮੋਢੇ ਤੇ ਮਸ਼ਕ ਪਾ ਕੇ ਪਾਣੀ ਵੀ ਲੈ ਕੇ ਆਉਂਦੀ ਹੈ। ਕਿਆ ਨੌਕਰ ਨਹੀਂ ਸੀ ਲੱਭ ਸਕਦੇ, ਕਿਆ ਆਸਾਨੀਆਂ ਨਹੀਂ ਸੀ ਮਿਲ ਸਕਦੀ। ਆਜ ਮਸਜਿਦ ਦੇ ਇਮਾਮ ਤੱਕ ਬਿਮਾਰੀ ਫੈਲ ਗਈ ਹੈ ਕਿ ਮੁਕਤਦੀ ਕਹਿ ਦੇ ਨਾ ਮੌਲਵੀ ਜੀ ਸਭਾ ਨੂੰ ਵਿਛਾਈਆਂ, ਮੈਂ ਜਮਾਦਾਰ ਲੱਗਾ, ਮੈਂ ਨਮਾਜ਼ ਪੜ੍ਹਾਉਣ ਵਾਲਾ। ਹਾਲਾਂਕਿ ਉਹਨੂੰ ਚਾਹੀਦਾ ਜੋ ਭਾਂਡੇ 'ਚ ਬਈ ਮੋਬਾਈਲ ਜੇਬ 'ਚ ਪਾਓ ਉਹਨੂੰ ਗੁਫ਼ਤਗੂ ਸੁਣੋ, ਉਹਨੂੰ ਚਾਹੀਦਾ ਜੋ ਭਾਂਡੇ 'ਚ ਹੋਵੇ ਨਾ ਤੇ ਉਹ ਹੀ ਨਿਕਲਦਾ। ਜਦੋਂ ਮੁਕਤਦੀ ਨੇ ਕਿਹਾ ਨਾ ਮੌਲਵੀ ਸਭਾ ਨਹੀਂ ਵਿਛਾਈਆਂ, ਤੇ ਮੌਲਵੀ ਨੂੰ ਚਾਹੀਦਾ ਕਹਿੰਦਾ ਜੀ ਮੈਂ ਹੁਣੇ ਵਿਛਾ ਦਿੰਦਾ ਜੀ, ਤੇ ਜੇ ਇਹ ਮੌਲਵੀ ਨੇ ਕਹਿ ਤਾ ਵੀ ਮੈਂ ਜਮਾਦਾਰ ਲੱਗਾ, ਮੈਂ ਮੁਲਾਜ਼ਮ ਹਾਂ, ਮੈਂ ਸਿਰਫ ਮਾਂ ਜੁਮਾ ਪੜਾਉਣਾ ਨਮਾਜ਼ ਪੜਾਉਣੀ, ਤੇ ਦੋਵੇਂ ਇੱਕੋ ਕੁਛ ਹੋ ਗਏ। ਮੀਆਂ ਸਾਹਿਬ ਫਰਮਾਉਂਦੇ ਨੇ ਜੋ ਦਕਾਨ ਦੇ ਅੰਦਰ ਹਾਵੇ
ते ओह देवे बेचारा किथां देवे ओ तेनू लाल मुहम्मद ते कोले वेचण वाला। सौंडला किधर बैठा है भाई? तू नाल थोड़ी जी को चला ना, तू हिलजुल कर। हाँ हिलजुल कर, पैसे मिलने ताद जिमें मौलवी हिलजुल करन दिया ना। हाँ जिमें मैं अपना आप ना जी सा चुकदा, तुम्हें थोड़ा जि हाथ चुकना। हाँ तेन अज मैं बहन नहीं देना। क्यों बई किड्डी वड्डी दनाई दा शेर पढ़िया है कि जो भांडे च होवे सौदा ओही, जो हांडी च होवे सब्जी ओही निकलनी, जो ओहदे च मसाला पाया होवे जायका ओही निकलना, जो हट्टी च होवे इत्थे बंदा दुकान ते जाके गोश्त वाली दुकान ते कसाई नूं कहे ओप्पो दा मोबाइल हैगा तो उहने आना उत्थे मार मार्केट च, तूं इत्थे लगा फिरना इत्थे ते गोश्त लभना, फट्टे ते जाके दिन ना कोई, जो हट्टी च होवे सौदा ओह मिलदा। साडी कितनी कौम है अपने मुंडिया के विह मंगनिया गर्मी च कर लगे, जे कही ना जलसा रखो ओ नहीं जी गर्मी बड़ी है, उंज इन्हों को पै जाए ना कोई अल्लाह वालों को होनी ते थाने भावें पसीने पूंज पूंज एक पैर ते बाहर खलोते रहे ते थानेदार आके बाहर खलोवो घंटे बाद बुलावांगे ते जिन्ने मेहमान बैठे मैनू लगता जाते रहिंदे ने बंदियां नाल सिफारिश पुरश करन ते इन्हां नूं पुछ लिया जे उत्थे दो दो घंटे बाहर खलोते रहिंदे, कोई थले लकीरां मारदा रहिंदा है, कोई मिट्टी पुटदा रहिंदा है, ओ बोलो है इट फड़ के बह जाते ने पुत्र जर मोबाइल छोड़ और गुफ्तगू सुन, मेरे सामने बह दिया तो मैं करांगा बड़ी तेरा लाज। हाँ गल बड़ी सुनने वाली, एने बैठे ने उत्थे कसमे बैठे रहेंगे, थानेदार जनाब आवाज मारू ते अंदर जाएंगे ते सोल पान रह गया सिर्फ मसीता ने, जिथों जन्नत लभनी है जिथों आखरत लभनी है उन्हां वास्ते कहना मर गए जी मौलवी तुसी गर्मी जलसा रख लिया, ते जदों कदे मरग हुंदी उदों गर्मी च ना जाया करो, कहना जी इहनूं बर्फखाने ला दो ते ठंड च ना पांगे ना जाया करो, उदों जांदे जे कि ओ बोलो ते सही है। ते फिर इहदा मतलब है कि तू अपने कम्मां लई सुस्त नहीं, ते अल्लाह भी सियाणा, अल्लाह नूं पता सी इहनां करना, अल्लाह ने कहा वकूमू लिल्लाहि कानितीन, मेरे अगे जदों खलोना ते खशू खजू नाल खलोना, ते इह नहीं आखना मैं थकिया बड़ा तो अल्लाह अकबर अल्लाह अकबर। कई बंद वेख्या करो नमाज कैमरे लगे हो ना मस्जिद च, ते बड़े तुहानूं क्लिप मिलणगे, कोई जुजू कढ़ी आउंदा, कोई कन्ना चुंगली मारी आउंदा, कोई दाढ़ी नूं लाई आउंदा नमाज च। और मैं कई बंदे ऐसे वेखे ने पंज नमाजा पढ़ते, पंजां च ना नाल दे ना सलाम लैंदे ने ना जिहदे मगर पढ़ते ना उहदे नाल लैंदे ने, और मस्जिद च ते लियाउण दा मकसद सी दिलां नाल दिल मिल जाण, कंधे नाल कंधा मिल जाए, एक दूजे दे दुख सुख दे सांझे बन जाण। नबी पाक ऐसे लई ते जमात करवाउंदे सन, ते पुछिया उह काले जे रंग दी माई नज़र नहीं आउंदी, कहिंदे सोणे उह ते रात ही दफन करती सी मर गई, ते आपने फरमाया दुल्लूनी अला कबरेहा, मैनूं उहदी कबर ते लै के चलो मैं मुहम्मद जाके कलाम ही बख्शावां। इहदा मतलब है कि मुस्तफा करीम ने नमाज तो बाद एक दूजे की खबरगिरी की, असीं किहो जी करने एक दूजे दीआं चुगलियां करने, हत्ता कई एडे अंतरे जिहदे मगर पड़दे उहदीआं वी करदे उहदीआं वी बैह कर। आज कितने बंदे वादा करते हैं कि असं जो मुसलमान एक दूजे मिला करांगे खैर सुख पुछा करांगे, करो एक अपनी बुढ़ी वालों भी हाथ चुको चुको चुको, उन्हें कह मसीते वादा दे आया मैं हाथ, जिदी नहीं वह भी कर ले अल्लाह चंगी दे देगा, रंडे भी कर लो अल्लाह रहम कर देगा, अल्लाह अगे कि मुश्किल है।